यार तेरे आ बिंदी बहुत सोहनी लग रही है ना सैमी, ये मैं सूट दे नाल दी लाऊंगी ना, तुसी तो जी कितना कह सकदे मेरे नाल। हां आ बिंदी बहुत सोहनी लग रही है, बड़े ब्रश कर ला, बहुत प्यारी लग रही है। हाय थैंक यू। सैमी दसो ना कोई चीज इधर उधर तो नहीं लग रही, सब कुछ ठीक कर दो। बस हुण ऐन बिल्कुल मिडल जा कोका से लगा, बिंदी परफेक्ट है ते फाउंडेशन बड़ा प्यारा। देखा मैं मोगी लेके आया ना, पसंद है। थैंक यू थैंक यू। फिर लाइए इतने नाम पाले गए। सर यही पे कि मैं मुंह मत्था लग गया पहने मराठे मुंडे ने ता जमाई शर्म ला रखी है। जमाई मुंडा किसे काम में नहीं जा पड़ा, तू ब्यूटी पार्लर का काम करना तो लग गया हूँ तैयार करना शर्म मन माड़ी मोटी। मुंडिया। हाँ मम्मी। जा तो मैं मूंगी लेके आ। तो मैं मूंगी। तो मैं मूंगी कड़ी हुंदी है। मार गोली तो मैं मूंगी रे। मैंने ये दस तेरी बॉटी केड़ी कंपनी का फाउंडेशन यूज करती है। फाउंडेशन मम्मी फाउंडेशन यूज करती है मैक का, बहुत फेमस आजकल सारी कुड़ी मैक का ही फाउंडेशन लाउंदियां ने, तेरे ब्रांडेड भी है ते क्वालिटी बड़ी वधिया उहदी। ਜਾਣੇ ਤੈਨੂੰ ਮੂੰਗੀ ਦਾ ਨਹੀਂ ਪਤਾ ਵੀ ਧੋਮੀ ਮੂੰਗੀ ਕਿਹੜੀ ਹੁੰਦੀ ਆ, ਨਾਲੇ ਆਪਣੇ ਹੱਥੀ ਆਪਾਂ ਬੀਜਦੇ ਆ ਉਹਨੂੰ ਪੀਨੇ ਆ, ਫਿਰ ਉਹ ਤਾਂ ਧੋਮੀ ਮੂੰਗੀ ਨਿਕਲਦੀ ਆ। ਇਹਨਾਂ ਦਾ ਪਤਾ ਵੀ ਜਿਹੜੀ ਬੋਟੀ ਮੇਰੀ ਲਾਉਂਦੀ ਆ ਇਹ ਸਮਾਨ ਬਾਰੇ ਤੈਨੂੰ ਸਾਰਾ ਪਤਾ, ਜਿਹੜੀਆਂ ਖਾਣੀਆਂ ਨੇ ਚੀਜ਼ਾਂ ਢਿੱਡ 'ਚ ਪਾਉਣੀਆਂ ਨੇ ਉਹਨਾਂ ਬਾਰੇ ਤੈਨੂੰ ਉੱਜੜੀਆਂ ਕੁਛ ਨਹੀਂ ਪਤਾ ਹੈਗਾ। ਦਮ ਲੈ ਕੇ ਲੱਗ ਗਿਆ ਮੂੰਹ ਅੱਡ ਕੇ, ਆਹ ਫਲਾਨਾ ਮੇਕਅਪ ਲਾਉਂਦੀ ਆ ਕੰਪਨੀ ਦਾ, ਆਹ ਵਧੀਆ ਆਹ ਚੰਗਾ ਕਿ ਉਹਦੇ ਨਾਲ ਜ਼ਿਆਦਾ ਉੱਡਣ ਕਟੋਲਾ ਲੱਗਦੀ ਆ ਉਹ। ਸ਼ਰਮ ਕਰ ਲਿਆ ਕਰ ਮਾੜੀ ਮੋਟੀ, ਲੱਗੀਆਂ ਉਹਦਾ ਮੂੰਹ ਸਿਰ ਮੱਥਣ। ਮੰਮੀ ਹੌਲੀ ਬੋਲ ਲਿਆ ਕਰੋ ਤੁਸੀਂ ਵੀ ਨਾ, ਦੱਸ ਮੈਂ ਦਮ ਲਿਆ ਦਿੰਦਾ ਮੂੰਗੀ। ਮੂੰਗੀ ਦੇ ਮੇਕਅਪ ਦਾ ਕੀ ਚੱਕਰ ਆ? ਸਾਡੇ ਬਾਰੇ ਤਾਂ ਜੈਬਡੇ ਲਿਕਮੀ ਦਾ ਪਾਊਡਰ ਹੁੰਦਾ ਤੇ ਲਿਕਮੀ ਦੀ ਕਰੀਮ ਹੁੰਦੀ ਤੇ ਦੋ ਦੋ ਮਹੀਨੇ ਕਰੀਮ ਉਹੀ ਲੈ ਕੇ ਜਾਣੀ ਮਾੜੀ ਮਾੜੀ ਲਾਉਣੀ। ਮੇਰੇ ਘਰ ਵਾਲਿਆਂ ਨੇ ਤਾਂ ਕਦੇ ਇਹ ਵੀ ਨਹੀਂ ਪੁੱਛਿਆ ਵੀ ਤੈਨੂੰ ਬਿੰਦੀ ਲਿਆਦਾਂ ਜਾਂ ਸੁਰਖੀ ਲਿਆਦਾਂ, ਜਮਾਂ ਹੀ ਸਰਿਆ ਪਿਆ ਤੀ ਉਹਦੇ ਕਹਿੰਦੀ ਇਹ ਮੁੰਡਾ ਮੇਰਾ ਜਨਾਨੀ ਦਾ ਮੂੰਹ ਸਿਰ ਕਿਵੇਂ ਨਿਪਣ ਲੱਗਿਆ ਪਿਆ। ਆਹ ਫਾਉਂਡੇਸ ਲਾ ਲਓ, ਆਹ ਫਲਾਨਾ ਲਾ ਲਓ, ਆਹ ਫਲਾਨੀ ਕੰਪਨੀ ਦਾ ਲਾ ਲਓ, ਇਹਨਾਂ ਨੂੰ ਬ੍ਰਾਂਡ ਦਾ ਵੀ ਪਤਾ, ਸਾਡਿਆਂ ਤਾਂ ਜੈਕਣਾ ਦੀ ਵੀ ਨਹੀਂ ਪਤਾ ਵੀ ਮਿਲਦੇ ਕਿਹੜੀ ਦੁਕਾਨ ਤੋਂ ਨੇ। ਹੁਣ ਨਿਕਲੇਗਾ, ਰੋਟੀ ਦਾ ਟਾਈਮ ਹੋਇਆ ਵਾ, ਮੂੰਗੀ ਲਿਆ ਦੇ ਕਿ ਫਾਉਂਡੇਸ਼ਨ ਲਾਉਣੇ ਨੇ ਤਾਂ ਹਲੇ। ਮਰਗੀ ਕਿੰਨੇ ਬੁਰਸ਼ ਰੱਖੇ ਨੇ, ਨਹੀਂ ਇੰਨੀ ਤਾਂ ਪੈਂਟਰ ਦੀ ਦੁਕਾਨ 'ਤੇ ਨਹੀਂ ਹੁੰਦੇ ਜਿੰਨੇ ਇਹ ਆਪਣੇ ਮੂੰਹ 'ਤੇ ਪੈਂਟਿੰਗ ਕਰਨ ਨੂੰ ਰੱਖੇ ਪਏ ਨੇ। ਆਹੇ ਕਿੰਨੇ ਪੈਸੇ ਬਰਬਾਦ ਕਰਦੀਆਂ ਨੇ, ਘਰ ਜੋੜਨ ਦਾ ਤਾਂ ਭੂਰਾ ਹੀ ਇਹਨਾਂ ਨੂੰ ਖਾਈ ਨਹੀਂ ਆ ਕਰ ਰਿਹਾ।